ਸਾਸ਼ਿਆ ਕਾਰ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ 8ਵੀਂ ਜਮਾਤ ਵਿੱਚ ਤੇ ਅੱਜ ਅਸੀਂ ਪੜਨ ਜਾ ਰਹੇ ਹਾਂ ਲੈਸਨ ਨੰਬਰ 7 ਜੋ ਫੇਰ ਇੱਕ ਕਵਿਤਾ ਹੈ ਔਰ ਇਸ ਦਾ ਨਾਮ ਹੈ ਸਾਡਾ ਵਿਰਸਾ ਲੈਸਨ ਨੰਬਰ 5 ਔਰ 6 ਤੁਹਾਡੇ ਸਿਲੇਬਸ ਵਿੱਚ ਨਹੀਂ ਹਨ ਇਸ ਕਰਕੇ ਮੈਂ ਉਹ ਨਹੀਂ ਕਰਾ ਰਹੀ ਉਹ ਅਸੀਂ ਬਾਅਦ ਚੋਂ ਕਰਾਂਗੇ ਸਕੂਲ ਖੁੱਲਣ ਦੇ ਤੇ ਅੱਜ ਅਸੀਂ ਕਵਿਤਾ ਕਰਾਂਗੇ ਸਾਡਾ ਵਿਰਸਾ ਜਿਸ ਵਿੱਚ ਪੰਜਾਬੀ ਸੱਭਿਆਚਾਰ ਵਿੱਚੋਂ ਅਲੋਪ ਹੋ ਰਹੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਚੀਜ਼ਾਂ ਹੁਣ ਦਿਖਣੀਆਂ ਬੰਦ ਹੋ ਗਈਆਂ ਹਨ ਉਹਨਾਂ ਬਾਰੇ ਦੱਸਿਆ ਗਿਆ ਇਸ ਕਵਿਤਾ ਦੇ ਵਿੱਚ ਔਰ ਇਹ ਕਵਿਤਾ ਲਿਖੀ ਹੈ ਗੁੱਡੂ ਸਿੱਧਵਾਂ ਵਾਲਾ ਨੇ ਇਸ ਕਵਿਤਾ ਨੂੰ ਅਸੀਂ ਅੱਜ ਪੜਾਂਗੇ ਤੇ ਨਾਲ-ਨਾਲ ਇਸ ਦੀ ਵਿਆਖਿਆ ਵੀ ਕਰਾਂਗੇ ਤਾਂ ਜੋ ਤੁਹਾਨੂੰ ਕਵਿਤਾ ਸਮਝ ਆ ਜਾਏ ਤੇ ਇਸ ਕਵਿਤਾ ਵਿੱਚੋਂ ਇੱਕ ਪੈਰਾ ਪੇਪਰ ਵੀ ਚਾਉਂਦਾ ਹੈ ਜਿਸ ਦੇ ਪ੍ਰਸ਼ਨਾਂ ਦੇ ਉੱਤਰ ਤੁਸੀਂ ਲੱਭ ਕੇ ਦੇਣੇ ਹੁੰਦੇ ਹਨ ਤਾਂ ਅਸੀਂ ਆਓ ਕਵਿਤਾ ਪੜਹੀਏ ਤੇ ਨਾਲ-ਨਾਲ ਇਸ ਦੀ ਵਿਆਖਿਆ ਕਰੀਏ ਕਿੱਦਾਂ ਦਾ ਜ਼ਮਾਨਾ ਆ ਗਿਆ ਦੁੱਧ ਰਿੜਕੇ ਕੋਈ ਨਾ ਨਾਰੀ ਚਰਖੇ ਦੀ ਘੂਕ ਨਾ ਸੁਣੇ ਨਾ ਕੋਈ ਫੁੱਲ ਕੱਟਦਾ ਫੁੱਲਕਾਰੀ ਇੱਥੇ ਕਵੀ ਕਹਿੰਦਾ ਹੈ ਕਿ ਕਿਸ ਤਰ੍ਹਾਂ ਦਾ ਜ਼ਮਾਨਾ ਆ ਗਿਆ ਹੈ ਨਾ ਤਾਂ ਕੋਈ ਔਰਤ ਦੁੱਧ ਰਿੜਕਦੀ ਹੋਈ ਨਜ਼ਰ ਆਉਂਦੀ ਹੈ ਨਾ ਹੀ ਪਹਿਲਾਂ ਵਾਂਗੂ ਚਰਖੇ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਨਾ ਹੀ ਕੋਈ ਔਰਤ ਫੁੱਲ ਕੱਟਦੀ ਹੋਈ ਨਜ਼ਰ ਆਉਂਦੀ ਹੈ ਤਰਿੰਜਣਾ ਚਹਾਣ ਦੀਆਂ ਰਲ ਮਿਲ ਸਨ ਰੌਣਕਾਂ ਲਾਉਂਦੀਆਂ ਰੰਗਦਾਰ ਡਾ ਕੇ ਚਰਖੇ ਤੰਦ ਪਿਆਰ ਦੇ ਸੀਰੀਜਾਂ ਨਾਲ ਪਾਉਂਦੀਆਂ ਪਹਿਲਾਂ ਵਾਲੀ ਗੱਲ ਨਾ ਰਹੀ ਨਾ ਹੋ ਦਿਲ ਰਹੇ ਨਾ ਦਿਲਦਾਰੀ ਚਰਖੇ ਦੀ ਘੂਕ ਨਾ ਸੁਣੇ ਨਾ ਕੋਈ ਫੁੱਲ ਕੱਟਦਾ ਫੁੱਲਕਾਰੀ ਇੱਥੇ ਕਵੀ ਕਹਿੰਦਾ ਹੈ ਤਰਿੰਜਣਾ ਚਹਾਣ ਦੀਆਂ ਹਾਣ ਦੀਆਂ ਹੁੰਦੀਆਂ ਬਰਾਬਰ ਦੀ ਉਮਰ ਵਾਲੀਆਂ ਕੁੜੀਆਂ ਜਦੋਂ ਇਕੱਠੀਆਂ ਹੋ ਕੇ ਚਰਖਾ ਡੋਂਦੀਆਂ ਸੀ ਤਾਂ ਉਹਨੂੰ ਕਹਿੰਦੇ ਸੀ ਤਰਿੰਜਣ ਤਰਿੰਜਣਾ ਚਹਾਣ ਦੀਆਂ ਰਲ ਮਿਲ ਸੰ ਰੌਣਕਾਂ ਲਾਉਂਦੀਆਂ ਪਹਿਲਾਂ ਕੀ ਕਰਦੀਆਂ ਸੀ ਬਰਾਬਰ ਦੀਆਂ ਕੁੜੀਆਂ ਜਵਾਨ ਕੁੜੀਆਂ ਇਕੱਠੀਆਂ ਹੋ ਕੇ ਤਰਿੰਜਣ 'ਚ ਬਹਿ ਕੇ ਤੇ ਰੰਗਦਾਰ ਚਰਖੇ ਢਾ ਕੇ ਉਸ ਦੇ ਉੱਪਰ ਆਪਣੀਆਂ ਰੀਜਾਂ ਦੀਆਂ ਚਾਵਾਂ ਦੇ ਜੋ ਰੂਨ ਨਾਲ ਧਾਗਾ ਵਟਦੇ ਆ ਤੰਦਾਂ ਨੂੰ ਪਿਆਰ ਨਾਲ ਉਸ ਦੇ ਉੱਪਰ ਪਾਉਂਦੀਆਂ ਸੀ ਚਰਖੇ ਤੇ ਪਹਿਲਾਂ ਵਾਲੀ ਗੱਲ ਨਾ ਰਹੀ ਨਾ ਹੋ ਦਿਲ ਰਹੇ ਨਾ ਦਿਲਦਾਰੀ ਹੁਣ ਤਾਂ ਨਾ ਉਹ ਪਹਿਲਾਂ ਵਾਲੀ ਕੋਈ ਗੱਲ ਰਹੀ ਹੈ ਨਾ ਉਹ ਲੋਕਾਂ ਦੇ ਦਿਲ ਰਹੇ ਹਨ ਅਤੇ ਨਾ ਹੀ ਉਹਨਾਂ ਦਿਲਾਂ ਵਿੱਚ ਪਹਿਲਾਂ ਵਾਲਾ ਪਿਆਰ ਰਿਹਾ ਹੈ ਅੱਗੋਂ ਫੇਰ ਉਹ ਲਾਈਨ ਰਿਪੀਟਡ ਹੈ ਨਾ ਤਾਂ ਚਰਖੇ ਦੀ ਕੋਕ ਸੁਣਾਈ ਦਿੰਦੀ ਹੈ ਤੇ ਨਾ ਹੀ ਕੋਈ ਫੁੱਲ ਕੱਢਦੀ ਹੋਈ ਨਜ਼ਰ ਆਉਂਦੀ ਹੈ ਕੁੜੀ ਨੈਕਸਟ ਪੈਰਾ ਪਿਆਰ ਖੰਭ ਲਾ ਕੇ ਉੱਡਿਆ ਰਹਿ ਗਏ ਦੁਨੀਆਂ 'ਚ ਪਿਆਰ ਦੇ ਵਿਖਾਵੇ ਕਿਨੂੰ ਅਸੀਂ ਕਹੀਏ ਆਪਣਾ ਇਸ ਗੱਲ ਦੀ ਸਮਝ ਨਾ ਆਵੇ ਪੀਪਲ ਉਦਾਸ ਹੋ ਗਏ ਜਿੱਥੇ ਲੱਗਦੀ ਸੀ ਮਹਿਫਲ ਭਾਰੀ ਚਰਖੇ ਦੀ ਘੂਗਨਾ ਸੁਣੇ ਨਾ ਕੋਈ ਫੁੱਲ ਕੱਢਦਾ ਫੁੱਲਕਾਰੀ ਇੱਥੇ ਕਵੀ ਕਹਿੰਦਾ ਹੈ ਕਿ ਲੋਕਾਂ ਦੇ ਦਿਲਾਂ ਵਿੱਚੋਂ ਪਿਆਰ ਜਿਵੇਂ ਖੰਭ ਲਾ ਕੇ ਉੱਡ ਗਿਆ ਹੋਵੇ ਯਾਨੀ ਪਿਆਰ ਨੂੰ ਪੰਖ ਲੱਗ ਗਏ ਹੁਣ ਉਹ ਕਿਤੇ ਚੱਲਿਆ ਗਿਆ ਹੈ ਦੁਨੀਆ 'ਚ ਤਬਾਸ ਹੁਣ ਪਿਆਰ ਦਾ ਦਿਖਾਵਾ ਰਹਿ ਗਿਆ ਹੈ ਇਸ ਗੱਲ ਦੀ ਵੀ ਸਮਝ ਨਹੀਂ ਆਉਂਦੀ ਕਿ ਕਿਸ ਨੂੰ ਅਸੀਂ ਆਪਣਾ ਕਹੀਏ ਅਤੇ ਕਿਸ ਨੂੰ ਅਸੀਂ ਪਰਾਇਆ ਕਹੀਏ ਕਿਉਂਕਿ ਦਿਲਾਂ ਵਿੱਚੋਂ ਪਹਿਲਾਂ ਵਾਲਾ ਪਿਆਰ ਨਹੀਂ ਰਿਹਾ ਪੀਪਲ ਉਦਾਸ ਹੋ ਗਏ ਪਹਿਲਾਂ ਦੇ ਲੋਕ ਜੋ ਹੁੰਦੇ ਸੀ ਬਜ਼ੁਰਗ ਲੋਕ ਜਾਂ ਔਰਤਾਂ ਪਿੰਡ ਦੀਆਂ ਇਕੱਠੀਆਂ ਹੋ ਕੇ ਪੀਪਲ ਦੇ ਪੇੜ ਥੱਲੇ ਬਹਿ ਕੇ ਆਪਣੇ ਦੁੱਖ ਸੁੱਖ ਫੋਲਦੀਆਂ ਸੀ ਪਰ ਹੁਣ ਤਾਂ ਉਹ ਪੀਪਲ ਵੀ ਇੰਜ ਲੱਗਦਾ ਜਿਵੇਂ ਉਦਾਸ ਹੋ ਗਏ ਹੋਣ ਜਿੱਥੇ ਕਦੇ ਮਹਿਫਿਲ ਲੱਗਿਆ ਕਰਦੀ ਸੀ ਅਗਲੀ ਲਾਈਨ ਰਿਪੀਟਡ ਹੈ ਚਰਖੇ ਦੀ ਕੂਕ ਨਾ ਸੁਣੇ ਨਾ ਕੋਈ ਫੁੱਲ ਕੱਢਦਾ ਫੁਲਕਾਰੀ ਨੈਕਸਟ ਪੈਰਾ ਸੱਥ ਵਿੱਚ ਲੋਕੀ ਬੈਠ ਕੇ ਦੁੱਖ ਸੁੱਖ ਜਿਹੜੇ ਆਪਣਾ ਸੀ ਫੋਲਦੇ ਹੱਸ ਕੇ ਉਹ ਜਰ ਲੈਂਦੇ ਵੱਧ ਘੱਟ ਸਨ ਜਦੋਂ ਬੋਲ ਬੋਲਦੇ ਅੱਜ ਕੱਲ ਗੁੱਸੇ ਗਿਲੇ ਦੀ ਗੱਲ ਕਿਸੇ ਕੋਲੋਂ ਜਾਏ ਨਾ ਸਹਾਰੀ ਚਰਖੇ ਦੀ ਕੂਕ ਨਾ ਸੁਣੇ ਨਾ ਕੋਈ ਫੁੱਲ ਕੱਢਦਾ ਫੁਲਕਾਰੀ ਇਥੇ ਕਵੀ ਕਹਿੰਦਾ ਹੈ ਇਸ ਪਾਰੇ ਵਿੱਚ ਕਿ ਸਾਥ ਵਿੱਚ ਲੋਕੀ ਬੈਠ ਕੇ ਸਾਥ ਹੁੰਦੀ ਹੈ ਜਦੋਂ ਇਕੱਠੇ ਹੋ ਕੇ ਲੋਕ ਬੈੰਦੇ ਹਨ ਉੱਥੇ ਬਹਿ ਕੇ ਆਪਣਾ ਦੁੱਖ ਸੁੱਖ ਬਜ਼ੁਰਗ ਲੋਕ ਫੋਲਿਆ ਕਰਦੇ ਸੀ ਇੱਕ ਦੂਜੇ ਨੂੰ ਦੁੱਖ ਸੁੱਖ ਦੀ ਗੱਲ ਦੱਸ ਦਿਆ ਕਰਦੇ ਸੀ ਅਤੇ ਕੋਈ ਕਿਸੇ ਨੂੰ ਉੱਚਾ ਨੀਵਾ ਬੋਲ ਵੀ ਦਿੰਦਾ ਸੀ ਵੱਧ ਘੱਟ ਬੋਲ ਵੀ ਦਿੰਦਾ ਸੀ ਤਾਂ ਉਸ ਨੂੰ ਵੀ ਹੱਸ ਕੇ ਸਹਿਨ ਕਰ ਲੈਂਦੇ ਸੀ ਜਰ ਲੈਣਾ ਦਾ ਮਤਲਬ ਹੁੰਦਾ ਹੈ ਸਹਿਨ ਕਰ ਲੈਣਾ ਸਹਿਨ ਕਰ ਲੈਂਦੇ ਸੀ ਪਰ ਅੱਜ ਕੱਲ ਤੇ ਇਹੋ ਜਿਹਾ ਜ਼ਮਾਨਾ ਆ ਗਿਆ ਹੈ ਕਿਸੇ ਦੀ ਗੱਲ ਕਿਸੇ ਕੋਲੋਂ ਸਹਿਨ ਨਹੀਂ ਹੁੰਦੀ ਗੁੱਸੇ ਗਿਲੇ ਵਾਲੀ ਗੱਲ ਕੋਈ ਵੀ ਅਸੀਂ ਸਹਿਨ ਨਹੀਂ ਕਰ ਸਕਦੇ ਤੇ ਨਾ ਹੀ ਉਹ ਚਰਖੇ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਨਾ ਹੀ ਕੋਈ ਕੁੜੀ ਫੁੱਲ ਕੱਢਦੀ ਹੋਈ ਨਜ਼ਰ ਆਉਂਦੀ ਹੈ ਲਾਸਟ ਪੈਰਾ ਰਸਮ ਰਿਵਾਜ ਦੋਸਤੋਂ ਸੱਭਿਆਚਾਰ ਦਾ ਨੇ ਹੁੰਦੇ ਸਰਮਾਇਆ ਕਦੀ ਨਹੀਂ ਭੁਲਾਉਣਾ ਚਾਹੀਦਾ ਸਾਡਾ ਵਿਰਸਾ ਜੋ ਗੁੜਤੀ ਚ ਆਇਆ ਇਹੋ ਸਾਰੇ ਗੱਲ ਆਖਦੇ ਸਾਡੀ ਮੱਤ ਪਛਮ ਨੇ ਮਾਰੀ ਚਰਖੇ ਦੀ ਘੂਗ ਨਾ ਸੁਣੇ ਨਾ ਕੋਈ ਫੁੱਲ ਕੱਢਦਾ ਫੁੱਲਕਾਰੀ ਇਸ ਪੈਰੇ ਦੇ ਵਿੱਚ ਕਵੀ ਨੇ ਕਿਹਾ ਹੈ ਰਸਮ ਰਿਵਾਜ ਜਿਹੜੇ ਸਾਡੀ ਰੀਤੀ ਰਿਵਾਜ ਹੁੰਦੇ ਹਨ ਜੋ ਸਾਡਾ ਵਿਰਸਾ ਹੈ ਪੁਰਾਣੀ ਜੋ ਸਾਡੀ धरोਹਰ ਹੈ ਉਹ ਸਾਡਾ ਸਰਮਾਇਆ ਹੁੰਦੇ ਹਨ ਸਾਡੀ ਦੌਲਤ ਹੈ ਜੋ ਸਾਨੂੰ ਸਭਿਆਚਾਰ ਤੋਂ ਮਿਲੀ ਹੈ ਸਾਡੇ ਰੀਤੀ ਰਿਵਾਜ ਸਾਨੂੰ ਸਾਡੇ ਸਭਿਆਚਾਰ ਤੋਂ ਜਿਹੜੀ ਦੌਲਤ ਮਿਲੀ ਹੈ ਉਹਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਇਹ ਸਾਨੂੰ ਗੁੜਤੀ 'ਚ ਮਿਲਿਆ ਹੈ ਗੁੜਤੀ ਹੁੰਦੀ ਹੈ ਬਚਪਨ ਜਨਮ ਦੇ ਸਮੇਂ ਬੱਚੇ ਨੂੰ ਦਿੱਤੀ ਜਾਣ ਵਾਲੀ ਸਿੱਖਿਆ ਜਾਂ ਕੋਈ ਖਵਾਈ ਜਾਣ ਵਾਲੀ ਚੀਜ਼ ਉਸ ਨੂੰ ਅਸੀਂ ਕਹਿੰਦੇ ਹਾਂ ਗੁੜਤੀ ਸਾਨੂੰ ਉਹ ਨਹੀਂ ਭੁੱਲਣੀ ਚਾਹੀਦੀ ਸਾਰੇ ਇਹੋ ਗੱਲ ਕਹਿੰਦੇ ਹਨ ਕਿ ਸਾਡੀ ਮੱਤ ਪੱਛਮ ਨੇ ਮਾਰੀ ਪੱਛਮ ਨੇ ਮਤਲਬ ਪੱਛਮੀ ਸਭਿਅਤਾ ਨੇ ਸਾਡੀ ਮੱਤ ਮਾਰ ਦਿੱਤੀ ਹੈ ਸਾਨੂੰ ਪਿਛਾੜ ਦਿੱਤਾ ਹੈ ਇਹ ਹੀ ਸਾਰੇ ਗੱਲ ਕਹਿੰਦੇ ਹਨ ਤੇ ਅੱਗੇ ਕਹਿੰਦੇ ਹਨ ਕਿ ਨਾ ਤਾਂ ਹੁਣ ਉਹ ਚਰਖੇ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਨਾ ਹੀ ਕੋਈ ਕੁੜੀ ਫੁੱਲ ਕੱਢਦੀ ਹੋਈ ਨਜ਼ਰ ਹੁੰਦੀ ਹੈ ਇਹ ਕਵਿਤਾ ਲਿਖੀ ਹੈ ਗੁੱਡੂ ਸਿੱਧਵਾ ਵਾਲੇ ਨੇ ਤੇ ਆਈ थिंक ਤੁਹਾਨੂੰ ਕਵਿਤਾ ਸਮਝ ਆ ਗਈ ਹੋਏਗੀ ਤੇ ਕੱਲ ਅਸੀਂ ਇਸ ਦਾ ਬੁੱਕਵਾਰਟ ਕਰਾਂਗੇ ਤੇ ਨਾਲ ਇਸ ਤੋਂ ਵਿੱਚੋਂ ਇੱਕ ਸਟੈਂਜਾ ਤੁਸੀ ਕਰਨਾ ਹੈ ਕਾਪੀ ਦੇ ਉੱਪਰ ਉਸ ਦੇ ਵਿੱਚ ਪਹਿਲਾ ਕੁਐਸਚਨ ਤੁਸੀ ਇਹੀ ਅਰਾਈਜ਼ ਕਰੋਗੇ ਕਿ ਇਸ ਕਵਿਤਾ ਦੇ ਕਵੀ ਤੇ ਕਵਿਤਾ ਦਾ ਨਾਮ ਲਿਖੋ ਤੇ ਬਾਕੀ ਦੇ ਕੁਐਸਚਨ ਤੁਸੀ ਆਪੇ ਵੀ ਬਣਾ ਸਕਦੇ ਹੋ ਨਹੀਂ ਤਾਂ ਤੁਹਾਨੂੰ ਮੈਂ ਪੀਡੀਐਫ ਸੈਂਡ ਕਰ ਦਾਂਗੀ ਉੱਥੋਂ ਦੇਖ ਕੇ ਤੁਸੀ ਇਸ ਪੈਰੇ ਦੇ ਕੁਐਸਚਨ ਆਨਸਰ ਲੱਭਣੇ ਹਨ ਧੰਨਵਾਦ